दूसरे पासे आप सवेरे भी कवर किया सी वी किस तरह डिस्क्रिमिनेशन हो रही है बहुत वड्डी गिणती दे विच इंडियन ते काले मूल दे स्टूडेंट्स जिहड़े वख-वख मुल्कां तों हैगे आ उह फसे होए हैगे आ ते कहिंदे भई उहनां नूं ट्रेन दे विच नहीं चढ़न दित्ता जा रिहा भई उहनां दा रंग थोड़ा काला आ सिर्फ यूक्रेन दे जिहड़े गोरे मूल दे लोक आ उहनां नूं चढ़न दित्ता जा रिहा कई स्टूडेंट्स दीआं खबरां आ रहीआं भई 12-12 घंटे असीं तुर के जा रहे आ फूड भी है नहीं फूड खत्म हो गया आ कोई जिहदे कोल पैसे आ बहुत महंगे उहनां नूं कारां दे विच राइड लैके जा रहे आ पर दूसरे पासे जदों पोलैंड दा जां होर बॉर्डर आ उत्थे उहनां नूं एंटर नहीं होण दित्ता जा रिहा जिहड़े कहिंदे यूक्रेन दे ही ओरिजिनल लोक हैगे आ उहनां नूं ही एंटर होण दित्ता जा रिहा सो इंडियन उहनां च पंजाबी भी बहुत वड्डी गिणती च आ अज सानूं कॉल भी आई सी इक साडे स्रोते दी उहनां दे रिश्तेदार ਮੁੰਡਾ ਉੱਥੇ ਫਸਿਆ ਹੋਇਆ ਖਾਰਕੋ ਦੇ ਵਿੱਚ ਕਹਿੰਦੇ ਵੀ 3 ਦਿਨਾਂ ਤੋਂ ਬ੍ਰੈਡ ਲੈ ਕੇ ਬੈਠਾ ਸੀ ਹੁਣ ਫੋਨ ਨਹੀਂ ਚੱਕ ਰਿਹਾ ਸੋ ਆਪਾਂ ਵੀ ਅੱਜ ਗੱਲ ਵੀ ਹੋਈ ਸੀ ਸਾਡੀ ਇੱਕ ਬਾਰਡਰ ਦੇ ਉੱਤੇ ਜਿਹੜੇ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਹਜੇ ਉਹਨਾਂ ਕੋਲ ਵੀ ਬਾਹਲੀ ਜ਼ਿਆਦਾ ਡਿਟੇਲ ਨਹੀਂ ਉਹ ਬਿਲਕੁਲ ਆਸਟਰੀਆ ਵਾਲੇ ਬਾਰਡਰ 'ਤੇ ਸੀ ਮੇਰੇ ਖਿਆਲ ਨਾਲ ਆਸਟਰੀਆ ਵਾਲੀ ਸਾਈਡ 'ਤੇ ਸੋ ਜੇ ਕੋਈ ਸਰੋਤੇ ਕਿਤੇ ਵੀ ਵਰਲਡ 'ਚ ਸੁਣਦੇ ਆ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੰਟੈਕਟ ਹੈਗਾ ਵੀ ਜਿਹੜੇ ਖਾਰਕੀ ਟਾਊਨ ਸਿਰਫ 30 ਕਿਲੋਮੀਟਰ ਦੂਰੇ ਸੀ ਰਸ਼ੀਆ ਤੋਂ ਉੱਥੇ ਯੂਨੀਵਰਸਿਟੀ ਆਫ ਖਾਰਕੀ ਵਾ ਉੱਥੇ ਕਾਫੀ ਸਟੂਡੈਂਟ ਸੀ ਉਹ ਵਿਚਾਰੇ ਬਹੁਤ ਫਸੇ ਹੋਏ ਆ ਉਹਨਾਂ ਦੇ ਬਾਰੇ ਕੋਈ ਅਪਡੇਟ ਹੋਵੇ ਜਾਂ ਕਿਸੇ ਤਰ੍ਹਾਂ ਵੀ ਕੋਈ ਕੰਟੈਕਟ ਹੋ ਸਕਦਾ 15,000 ਇੰਡੀਅਨ ਸਟੂਡੈਂਟ ਫਸੇ ਹੋਏ ਆ ਯੂਕਰੇਨ ਦੇ ਵਿੱਚ ਤੇ ਜਿਹਦੇ ਵਿੱਚੋਂ 4,000 ਖਾਰਕੀ ਟਾਊਨ ਦੇ ਵਿੱਚ ਹੈਗਾ ਜਿੱਥੇ ਕਿ ਬਹੁਤ ਜ਼ਿਆਦਾ ਹੈਵੀ ਬੰਬਾਰਡਮੈਂਟ ਇਸ ਟਾਈਮ ਹੋ ਰਹੀ ਹੈਗੀ ਜੀ ਇਹ ਸਾਰੇ ਸ਼ਹਿਰਾਂ ਦੇ ਵਿੱਚੋਂ ਜਿਹੜਾ ਖਾਰਕੀਵ ਹੈਗਾ ਆ ਇਹ ਰੂਸ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਹੈਗਾ ਆ ਆਸਟਰੀਆ ਤੋਂ ਜਿਹੜਾ ਸਿੱਧਾ ਬਾਰਡਰ ਨਹੀਂ ਲੱਗਦਾ ਹਰਜੋਤ ਸਿੰਘ ਜੀ ਯੂਕਰੇਨ ਦਾ ਆਈਦਰ ਉਹਨਾਂ ਨੂੰ ਸਲੋਵਾਕੀਆ ਦੇ ਥਾਣੀ ਤੇ ਜਾਂ ਫਿਰ ਹੰਗਰੀ ਦੇ ਥਾਣੀ ਜਿਹੜੇ ਆ ਯੂਕਰੇਨ ਦੇ ਬਾਰਡਰ ਤੱਕ ਉਹ ਪਹੁੰਚਣਾ ਪੈ ਸਕਦਾ ਪਰ ਜਿੱਥੇ ਜਿੱਥੇ ਵੀ ਹੈਗੇ ਨੇ ਲੋਕ ਆਪਣੇ ਲੋਕਾਂ ਦੀ ਮਦਦ ਕਰਨ ਦੇ ਲਈ ਦੂਰੋਂ ਨੇੜਿਓਂ ਉੱਥੇ ਜਿਹੜੇ ਉਹਨਾਂ ਬਾਰਡਰਾਂ ਦੇ ਉੱਤੇ ਪਹੁੰਚ ਰਹੇ ਹੈਗੇ ਨੇ ਇੱਥੋਂ ਤੱਕ ਕਿ ਪੋਲੈਂਡ ਵਾਲੇ ਜਿਹੜੇ ਹਰਜੋਤ ਸਿੰਘ ਜੀ ਦੇਖੋ ਮੈਂ ਜਿੱਦਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਵੀ ਹੁਣ ਤਾਂ ਸ਼ਰੇਆਮ ਹੀ ਜਿਹੜੇ ਗੋਰੇ ਮੂਲ ਦੇ ਪੱਤਰਕਾਰ ਆ ਉਹ ਕਹਿ ਰਹੇ ਆ ਜਦੋਂ ਕੋਈ ਦੂਜੇ ਤਰ੍ਹਾਂ ਦੇ ਰੈਫਿਊਜੀਜ਼ ਹੁੰਦੇ ਆ ਉਹਨਾਂ ਬਾਰੇ ਇੱਕ ਬੀਬੀ ਪੱਤਰਕਾਰ ਜਿਹੜੀ ਉਹ ਕਹਿ ਰਹੀ ਸੀ ਦੇਖੋ ਇਹ ਰੈਫਿਊਜੀ ਨਹੀਂ ਆ ਇਹ ਤਾਂ ਕ੍ਰਿਸਚਨ ਨੇ ਇਹ ਤਾਂ ਵਾਈਟ ਨੇ ਇਹ ਆਪਣੇ ਹੀ ਨੇ ਯੂਰਪੀਅਨਸ ਨੇ ਇਸ ਲਈ ਇੱਦਾਂ ਆ ਹਰਜੋਤ ਸਿੰਘ ਜੀ ਵੈਸੇ ਇਹ ਜਿਹੜੀ ਹਿਪੋਕ੍ਰੇਸੀ ਦੁਨੀਆ ਦੀ ਇਹ ਜੱਗ ਜਾਹਰ ਜਿਹੜੀ ਬਾਰ ਬਾਰ ਹੁੰਦੀ ਆਈ ਆ ਜਦੋਂ ਕੋਈ ਮਿਡਲ ਈਸਟ ਜਾਂ ਕੋਈ ਡਿਵਲਪਿੰਗ ਕੰਟਰੀਜ਼ ਜਾਂ ਕਹਿ ਲਓ ਵੀ ਕਿਸੇ ਗਰੀਬ ਮੁਲਕ ਦੇ ਲੋਕਾਂ ਦੇ ਉੱਤੇ ਅੱਤਿਆਚਾਰ ਹੋ ਰਿਹਾ ਹੁੰਦਾ ਆ ਤਾਂ ਉਦੋਂ ਇੰਨਾ ਦੁੱਖ ਜਿਹੜਾ ਉਹ ਨਹੀਂ ਮਨਾਇਆ ਜਾਂਦਾ ਉਦੋਂ ਇੰਨਾ ਦੁੱਖ ਜਿਹੜਾ ਉਹ ਨਹੀਂ ਪ੍ਰਗਟਾਇਆ ਜਾਂਦਾ ਜਦੋਂ ਖਾਸ ਕਰਕੇ ਇੱਦਾਂ ਗੋਰਿਆਂ ਦੇ ਉੱਤੇ ਜਾਂ ਯੂਰਪੀਅਨ ਮੂਲ ਦੇ ਜਾਂ ਚਿੱਟੇ ਰੰਗ ਵਾਲੇ ਲੋਕਾਂ ਦੇ ਉੱਤੇ ਕੋਈ ਵੀ ਅੱਤਿਆਚਾਰ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹਨਾਂ ਵਾਰੀ ਜਿਹੜਾ ਉਹ ਚੀਜ਼ ਜਿਹੜੀ ਉਹ ਨਾ ਕਰੋ ਇਹਨਾਂ ਦੀ ਮਦਦ ਨਾ ਕਰੋ ਇਹ ਆ ਵੀ ਮਦਦ ਇਹਨਾਂ ਦੀ ਵੀ ਕਰੋ ਅਤੇ ਦੂਜਿਆਂ ਦੀ ਵੀ ਜਿਹੜੀ ਉਨੀ ਬਰਾਬਰ ਦੀ ਕਰੋ ਇੱਥੋਂ ਤੱਕ ਵੀ ਖਬਰਾਂ ਆਈਆਂ ਸੀ ਕਈ ਜਿਹੜੇ ਸਿੱਖ ਹੈਗੇ ਆ ਨਿਆਣੇ ਉਹਨਾਂ ਨੂੰ ਵੀ ਉੱਥੇ ਕਈਆਂ ਦੇ ਨਾਲ ਹਾਥਾਪਾਈ ਜਿਹੜੀ ਆ ਕੁੱਟਮਾਰ ਜਿਹੜੀ ਉਹਨਾਂ ਨਾਲ ਕੀਤੀ ਗਈ ਆ ਯੂਕਰੇਨੀਅਨ ਜਿਹੜੇ ਬਾਰਡਰ ਏਜੰਟਸ ਆ ਉਹੀ ਕਹਿੰਦੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਨੂੰ ਵੱਖਰੀ ਲਾਈਨ 'ਚ ਅਫਰੀਕਨ ਅਮੈਰੀਕਨ ਜਿਹੜੇ ਆ ਸੋਰੀ ਇਕੱਲੇ ਅਫਰੀਕਨ ਅਮੈਰੀਕਨ ਤਾਂ ਨਹੀਂ ਜਿਹੜੇ ਅਫਰੀਕਨ ਮੂਲ ਵਾਲੇ ਜਾਂ ਕਾਲੇ ਮੂਲ ਵਾਲੇ ਲੋਕ ਆ ਉਹਨਾਂ ਨੂੰ ਵੱਖਰੇ ਜਿਹੜਾ ਉਹ ਕਰ ਰਹੇ ਆ ਅਤੇ ਦੂਜਿਆਂ ਨੂੰ ਤਰਜੀਹ ਜਿਹੜੀ ਆ ਉਹ ਦਿੱਤੀ ਜਾ ਰਹੀ ਹੈਗੀ ਆ ਪੋਲੈਂਡ ਵਾਲੇ ਵੀ ਜਿਹੜੇ ਉਹ ਇੱਦਾਂ ਹੀ ਉੱਥੇ ਕਰ ਰਹੇ ਹੈਗੇ ਆ ਸੋ ਓਵਰਆਲ ਇਸ ਜੰਗ ਰੂਪੀ ਮਾਹੌਲ ਦੇ ਵਿੱਚ ਵੀ ਰੇਸਿਜ਼ਮ ਦਾ ਜਿਹੜਾ ਦੈਂਤ ਆ ਡਿਸਕ੍ਰਿਮੀਨੇਸ਼ਨ ਦਾ ਦੈਂਤ ਆ ਉਹ ਵੀ ਆਪਣਾ ਸਿਰ ਕੱਢ ਕੇ ਦਿਖਾਈ ਜਾ ਰਿਹਾ ਹੈਗਾ।